ਓਕੇ 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 ਠੀਕ ਹੈ ਜੀ। ਨਾ ਮੈਂ ਲਿਖ ਲਿਆ ਐਡਰੈਸ, ਮੈਂ ਕਹਿੰਦਾ ਅੱਜ ਨਾ, ਮੈਂ ਕਹਿੰਦਾ ਤੁਸੀਂ ਬੇਫਿਕਰ ਹੋ ਜਾਓ, ਬਸ ਹੋ ਗਿਆ ਕੰਮ ਤਾਂ। ਹਾਂਜੀ 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 ਓਕੇ ਓਕੇ। ਜੈ ਹਿੰਦ ਸਰ। ਜੈ ਹਿੰਦ ਜਨਾਬ, ਕੀ ਹਾਲ ਆ? ਹਾਂਜੀ, ਕਿਵੇਂ ਫੋਨ ਕਰਿਆ ਸੀ ਸਰ? ਹਾਂਜੀ ਹਾਂਜੀ ਓਕੇ ਠੀਕ। ਨਾ ਕੋਈ ਗੱਲ ਨਹੀਂ ਜੀ, ਮੈਂ ਲਿਖ ਲਿਆ, ਬਸ ਠੀਕ ਆ, ਤੁਸੀਂ ਫੋਨ ਕਰੋ, ਚਲੋ ਸਾਨੂੰ ਜਾਣ ਦਿਓ। ਠੀਕ ਹੈ ਠੀਕ। ਗੱਡੀ ਖੜੀ ਆ ਕੋਈ? ਗੱਡੀ ਖੜੀ ਆ ਸਰ। ਕਿਵੇਂ ਕਰਿਆ ਸੀ ਫੋਨ? ਮੈਨੂੰ ਬੰਦਾ ਮਿਲ ਗਿਆ ਅੱਜ। ਅੱਛਾ ਜੀ, ਤੇ ਜਾਣਾ ਆਪਾਂ। ਕਿਹੜਾ ਬੰਦਾ ਮਿਲ ਗਿਆ ਜੀ? ਰਵੀ। ਰਵੀ ਮਿਲ ਗਿਆ ਜੀ? ਹਾਂ, ਪਾ ਦਾਂਗੇ ਮੁੱਛੇ ਫਿਰ ਆਪਾਂ ਸਰ। ਡਿਊਟੀ ਜਾਣ ਤੋਂ ਪਹਿਲਾਂ ਫੋਨ ਆਪਣੇ ਬੰਦ ਹੋਣੇ ਚਾਹੀਦੇ ਆ। ਫੋਨ ਇੱਥੇ ਰੱਖ ਲਓ ਜੀ, ਤੁਸੀਂ ਆਪਦੇ ਕੋਲੇ ਰੱਖ ਲਓ। ਜਿਹੜੇ ਜਿਹੜੇ ਮੁਲਾਜ਼ਮ ਮੇਰੇ ਨਾਲ ਜਾਣਗੇ ਉਹਨਾਂ ਦੇ ਫੋਨ ਬੰਦ ਹੋਣੇ ਚਾਹੀਦੇ। ਠੀਕ ਹੈ ਸਰ। ਠੀਕ ਹੈ, ਤੇ ਮੈਨੂੰ ਇਹ ਕੰਪਲੇਂਟ ਨਾ ਮਿਲੇ ਕਿ ਫੋਨ ਕਿਸੇ ਦਾ ਵੀ ਚੱਲਦਾ ਸੀ, ਕਿਸੇ ਦਾ ਵੀ ਫੋਨ ਚੱਲਦਾ ਹੋਇਆ। ਸਰ ਤੁਸੀਂ ਟੈਨਸ਼ਨ ਨਾ ਲਓ, ਫੋਨ ਚਾਹੇ ਇੱਥੇ ਜਮ੍ਹਾਂ ਕਰਾ ਲਓ। ਇਹੋ ਜਿਹਾ ਡੰਡਾ ਚੜੂ ਮੈਂ, ਤੇ ਬੇਫਿਕਰ ਹੋ ਜਾਓ ਫਿਰ ਤੁਸੀਂ। ਗਾਹਾਂ ਵਾਸਤੇ ਡਿਊਟੀ ਕਰਨ ਨੂੰ ਨਹੀਂ ਰਹਿੰਦੀ ਕੋਈ ਵੀ ਆ, ਜਿਹੜਾ ਵੀ ਮੁਲਾਜ਼ਮ ਮੇਰੇ ਨਾਲ ਡਿਊਟੀ 'ਤੇ ਜਾਊ ਉਹਦਾ ਫੋਨ ਬੰਦ ਹੋਣਾ ਚਾਹੀਦਾ। ਨੰਬਰ ਇੱਕ ਉਹਦੇ ਕੋਲ ਫੋਨ ਹੋਣਾ ਹੀ ਨਹੀਂ ਚਾਹੀਦਾ, ਸਿਰਫ ਮੇਰੇ ਫੋਨ ਤੋਂ। ਸਰ ਵੈਸੇ ਵੀ ਮੇਰਾ ਫੋਨ ਨਾ ਚਾਰਜ ਨਹੀਂ ਹੈਗਾ, ਤੁਸੀਂ ਚੈੱਕ ਕਰ ਸਕਦੇ ਹੋ, ਬੰਦ ਹੋਣ ਵਾਲੀ ਹੈ, ਉਹ ਤਾਂ ਰੱਖ ਲਓ ਬਸ, ਮੇਰੇ ਕੋਲ ਹੀ ਰਹੂਗਾ। ਠੀਕ ਆ ਸਰ। ਠੀਕ ਆ ਨਾ, ਅਤੇ ਨਾਲ ਉਹਨੂੰ ਲੈ ਕੇ ਚੱਲੋ ਬਘੇਲੇ ਨੂੰ। ਬਘੇਲੇ ਨੂੰ ਜੀ? ਹਾਂ, ਬਘੇਲੇ ਨੂੰ ਲੈ ਚੱਲਦੇ ਜੀ। ਉਹਦਾ ਫੋਨ ਮੇਰੇ ਕੋਲ ਜਮ੍ਹਾਂ ਹੋਣਾ ਚਾਹੀਦਾ, ਐਡਰੈਸ ਮੈਂ ਲਿਖ ਲਿਆ, ਅਤੇ ਜਾਣਾ ਆਪਾਂ ਚੱਕਣ ਨੂੰ। ਓਕੇ ਸਰ। ਠੀਕ ਆ ਨਾ, ਇਹੋ ਜਿਹਾ ਡੰਡਾ ਦੂੰਗਾ ਵੀ ਦੇ, ਤੂੰ ਵਿਹਦਾ ਜਾਏ ਅੱਜ ਕੀ। ਰਵੀ ਦੇ ਜੀ? ਰਵੀ ਦੇ। ਹਾਂ ਹਾਂ ਠੀਕ ਹੈ ਜੀ, ਵਿਹਦਾ ਜਾਏ ਜੀ। ਇੰਨਾ ਕਿਆ ਪਿਆ ਉਹਦੇ 'ਤੇ ਮੈਂ ਜਨਾਬ, ਮਜੀਦ ਦੀ ਤਾਂ ਪਰੇਟ ਅੱਜ ਮੈਂ ਕਰਨੀ ਕਰਨੀ ਆ ਪਹਿਲਾਂ, ਜੇ ਨਾ ਉਹ ਮਿਲਿਆ। ਮੈਂ ਕੀਤੀ ਨਹੀਂ ਜੀ ਪਰੇਟ ਬਥੇਰੀ। ਠੀਕ ਹੈ ਜਨਾਬ, ਤੁਸੀਂ ਟੈਨਸ਼ਨ ਨਾ ਲਓ, ਮੈਂ ਕੱਢਦਾ ਗੱਡੀ 'ਤੇ, ਆ ਜਾਓ। ਚਲੋ ਤੇਰੇ 'ਤੇ ਯਕੀਨ ਮੈਂ ਕਿਵੇਂ ਕਰਾਂ, ਤੇਰਾ ਕੀ ਪਤਾ, ਪਹਿਲਾਂ ਹੀ ਫੋਨ ਕਰ ਦਿਓ ਉਹਨੂੰ, ਮੇਰੇ ਬਣੇ ਬਣਾਏ ਪਲਾਨ 'ਤੇ ਪਾਣੀ ਖਰਚੇ। ਚੱਲ ਇਹ ਵੀ ਠੀਕ ਹੋਇਆ, ਜਿਹੜਾ ਫੋਨ ਅੱਜ ਆਪ ਹੀ ਫੜਾ ਤਾ, ਨੌਕਰੀ ਜਾਂਦੀ ਆ ਨਾ ਆਪਾਂ ਭਾਈ ਦਾ ਹੁਣ। ਹਾਂ ਜਨਾਬ, ਠੀਕ ਹੈ ਜੀ ਠੀਕ ਆ, ਜਿਵੇਂ ਤੁਸੀਂ ਕਿਹਾ ਸੀ ਉਵੇਂ ਕਰਤਾ ਆਪਾਂ। ਹਾਂਜੀ ਹਾਂਜੀ, ਤੁਰਦਾ ਮੈਂ। ਠੀਕ ਹੈ ਜੀ। ਚਤਰਾ ਉਹ ਕਿਵੇਂ ਯਾਰ, ਮਜ਼ਾਕ ਨਾ ਕਰੇਗਾ ਬਾਈਆ। ਓਏ ਮਜ਼ਾਕ ਮਜ਼ੂਕ ਕੋਈ ਨਹੀਂ ਹੈਗਾ, ਮੈਂ ਤੈਨੂੰ ਦੱਸਾਂ ਗੱਲ। ਤੂੰ ਐਂ ਪੁੱਛੇਂਗਾ ਕਿ ਮੇਰੇ ਨਾਲ ਹੋਰ ਕੌਣ? ਕੌਣ? ਆਜੋ ਜਨਾਬ। ਚਤਰਾ ਚੰਗੀ ਗੱਲ ਨਹੀਂ ਹੈ ਤੇਰੀ। ਚੰਗੀ ਗੱਲ ਨਹੀਂ, ਚੰਗੀ ਗੱਲ ਨਹੀਂ, ਸਾਰੇ ਬਹੁਤ ਭਜਾਇਆ ਤੁਸੀਂ ਸਾਨੂੰ। ਆਹ ਡੰਡਾ ਮੈਨੂੰ ਉਡਾਓ ਜਨਾਬ। ਕੀ ਹਾਲ ਆ ਬਾਈ? ਐਂ ਐਂ ਕਰਦਾ ਸੀ ਹੈਂ,
ਉਹਦਾ ਕੀ ਹੁੰਦਾ ਹੈ? ਖਾਦੀ ਖਾਦੀ ਪੀਤੀ ਚ ਹੋ ਜਾਂਦਾ, ਖਾਦੀ ਪੀਤੀ ਚ ਹੋ ਜਾਂਦਾ ਚਤਰੇ ਤੇਰੇ ਨਾਲ ਭਾੜੀ ਹੋਊ। ਚੱਪਲਾਂ ਪਾ ਬਸ ਗਲਤੀ ਹੋ ਗਈ। ਚਤਰਾ ਮਾਰਦਾ ਸੀ ਤੈਨੂੰ ਸਿੱਧਾ ਸਿੱਧਾ ਮਾਰਨਾ ਚਤਰਾ
ਗਲਤੀ ਹੋ ਗਈ ਯਾਰ ਯਾਦ ਰੱਖੀ ਕੋਈ ਨਾ ਤੈਨੂੰ ਤਾਂ ਮੈਂ ਚੜਾਉ ਕੰਧਾ ਦੇ ਕੁੱਤੀਆਂ ਤੇਰੀਆਂ ਮੈਂ ਕਹਿੰਦਾ ਐਮਐਲਏ ਸਾਹਿਬ ਜੜਤੇ ਕੋਕੇ ਆਪਾਂ ਲਿਆਂਦਾ ਚਾੜ੍ਹਤੇ ਕੰਧਾਂ 'ਤੇ ਕਰੇਲੇ ਮੈਂ ਕਹਿੰਦਾ ਮੈਂ ਤਾਂ ਚਤਰੇ ਨੇ ਇੰਨੀ ਕੁ ਸੇਵਾ ਕੀਤੀ ਜਿਵੇਂ ਜਵਾਕ ਨਹੀਂ ਕਰਦੇ ਹੁੰਦੇ ਐਂ ਕਰਨ ਲਾਤਾ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਸ ਹੁਣ ਨਹੀਂ ਸੁੱਕੇ ਜਾਂਦੇ ਇਕੱਠੇ ਨਹੀਂ ਨਾ ਕਰਨੇ ਸੇਵਾ ਇਕੱਠਿਆਂ ਦੀ ਕਰਾਂਗੇ ਰੱਖਾਂਗੇ ਅੱਡੋ ਅੱਡੀ ਕਿਉਂ ਮੁੜ ਕੇ ਬਹਿ ਕੇ ਫਿਰ ਰਾਇ ਕਰਨਗੇ ਹਾਂਜੀ ਹਾਂਜੀ ਰਾਈ ਤਾਂ ਕਰਨ ਨਹੀਂ ਨਾ ਦੇਣੀ ਆਪਾਂ ਮੇਰਾ ਤਾਂ ਇਰਾਦਾ ਸੀ ਵੀ ਇੱਕ ਵਾਰੀ ਮਿਲਾ ਦਿੰਦੇ ਤਿੰਨਾਂ ਨੂੰ ਅਮਨ ਨੂੰ ਇਹਨੂੰ ਅਤੇ ਚਤਰੇ ਨੂੰ ਅਤੇ ਰਵੀ ਨੂੰ ਪਿਆਰ ਜਾ ਹੀ ਜਾਂਦਾ ਹੁਣ ਆਪਦੀ ਘਰ ਵਾਲੀ ਦਾ ਇਹਨੂੰ ਪਤਾ ਨਹੀਂ ਕਿਵੇਂ ਬਾਹਾਂ ਦੀਆਂ ਦਿਖਾਉਂਦਾ ਸੀ ਮੁੜ ਕੇ ਤਾਂ ਹਟ ਗਿਆ ਹਿਲਾਉਣ ਹਾਂ ਹਿਲਾ ਕੇ ਦਿਖਾਉਂਦਾ ਸੀ ਮੁੱਕੀ ਜੀ ਬਣਾ ਕੇ ਕੋਈ ਗੱਲ ਨਹੀਂ ਪਾ ਕੇ ਖੁੱਲ੍ਹਾ ਜਿਹਾ ਪਜਾਮਾ ਵਿੱਚ ਚੂਹੇ ਛੱਡ ਦਾਂਗੇ ਆਪੇ ਪਤਾ ਲੱਗ ਜੂ ਵੀ ਬਾਂਹ ਜੀ ਕਿਵੇਂ ਹਿਲਾਉਂਦਾ ਹੁੰਦਾ ਜੇ ਪਹਿਲਾਂ ਹਿਲਾਉਣੀ ਨਾ ਭੁੱਲ ਜੇ ਬਾਂਹ ਹਾਂਜੀ ਹਾਂਜੀ ਓਕੇ ਜਨਾਬ ਓਕੇ ਕੀ ਕਹਿੰਦੇ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤਾਂ ਕਹਿੰਦੇ ਤੂੰ ਬਹੁਤ ਵਧੀਆ ਕੰਮ ਕੀਤਾ ਚਤਰੇ ਨੂੰ ਵੀ ਪ੍ਰਮੋਸ਼ਨ ਦੇਣੀ ਆ ਹਾਂ ਠੀਕ ਹੈ ਮੈਨੂੰ ਐਂ ਦੱਸ ਵੀ ਤੂੰ ਤੈਨੂੰ ਆ ਪਹਿਲਾਂ ਭੇਜਿਆ ਸੀ ਤੇਰੇ ਨਾਲ ਬੜੇ ਪਿਆਰ ਸਤਿਕਾਰ ਨਾਲ ਗੱਲ ਕੀਤੀ ਉਹਨੇ ਉਹਦਾ ਕੀ ਰਾਜ ਸੀ ਉਹ ਜਨਾਬ ਰਾਜ ਤਾਂ ਇਹ ਸੀ ਇਹ ਪਹਿਲਾਂ ਭਲੇ ਮਾਨਸ ਬੰਦੇ ਸੀ ਮੈਂ ਇਹਨਾਂ ਦੀ ਮਦਦ ਕਰ ਦਿੰਦਾ ਸੀ ਤਾਂ ਕਰਕੇ ਇਹਨਾਂ ਨੂੰ ਐਂ ਹੋ ਗਿਆ ਮਾਨਸੀ ਨੂੰ ਕੀ ਕਰਦੇ ਸੀ ਇਹ ਪਹਿਲਾਂ ਵਧੀਆ ਕੰਮ ਕਰਦੇ ਸੀਗੇ ਸਮਾਜ ਸੇਵੀ ਬੰਦੇ ਸੀਗੇ ਅੱਜ ਦੇ ਦੀ ਆਹ ਕੰਮਾਂ 'ਚ ਆਏ ਨੇ ਹੁਣ ਇਹ ਵਿਗੜ ਗਏ ਜੀ ਹੁਣ ਨਹੀਂ ਇਹਨਾਂ ਨੂੰ ਬਖਸ਼ਦਾ ਮੈਂ ਮਰਜ਼ੀ ਹੋ ਜੀ ਹੁਣ ਬਖਸ਼ਾਂ ਹੁਣ ਕਿੱਥੇ ਬਖਸ਼ਾਂਗੇ ਜੀ ਆਪਾਂ ਇਹਨਾਂ ਨੂੰ ਬਾਕੀ ਧਿਆਨ ਰੱਖੀ ਮੈਂ ਮਾੜਾ ਜਿਹਾ ਐਮਐਲਏ ਸਾਹਿਬ ਕੋਲ ਜਾਇਆ ਵਾਂ ਤੇ ਪਟਾ ਚਾੜੀ ਰੱਖੀ ਅੱਡੋ ਅੱਡੀ ਦੋਨਾਂ ਦੀ ਫਿਕਰ ਨਾ ਕਰੋ ਜਨਾਬ ਚੂਹੇ ਚੂਹੇ ਕੀ ਮੈਂ ਇਹਨਾਂ ਦੇ ਇਹੋ ਜਿਹਾ ਕਰੰਟ ਲਾਉ ਮੁੜ ਕੇ ਸਾਰੀ ਉਮਰ ਇਹ ਉਹ ਦੂਜੇ ਦੀ ਵੀ ਕਰ ਚੱਲ ਗਏ ਸੇਵਾ ਮਾੜੀ ਜੀ ਦੇਖ ਗਿਆ ਉਹਦਾ ਹਾਲ ਹਾਂ ਉਹ ਕਰਮਜੀਤ ਜੀ ਹਾਂ ਹਾਂ ਉਹਦੇ ਵੀ ਲਾਉਣੇ ਪਟਾ ਜੀ ਹਾਂ ਉਹ ਨਹੀਂ ਕਰਦਾ ਹੁੰਦਾ ਜਿਵੇਂ ਉਹ
ਮੇਲਾ ਫਿਲਮ ਜੀ ਦੇਖੀ ਆ, ਉਹ ਸੀਨ ਬਣਾਉਂਦਾ ਸੀ ਐਂ ਡੰਡ ਮਾਰ ਜਾਵੇ ਐ ਗੁੱਜਰ ਨੂੰ। ਅੱਛਾ ਹਾਂ ਮਰਵਾਈ ਨੇ ਬਸ ਇਹਦੇ ਵੀ ਲਵਾਉਂਦੇ ਆ ਡੰਡ ਆਪਾਂ ਪਾ ਦਿੰਦੇ ਆਪਾਂ ਬਣਾਉਂਦੇ ਆ ਉਹਨੂੰ ਐਂ ਕਰਦਾ ਜਿਵੇਂ ਮਨਵਰ ਜਿੰਮ ਖੋਲੀ ਵੀ ਹੁੰਦੀ ਆ ਇੱਥੇ। ਚੱਲ ਇਹਦੇ ਵੀ ਰਿੰਗ ਪਾ ਕੇ ਚੱਲ ਗਏ ਮਾੜੇ ਜੀ, ਠੀਕ ਆ ਜਨਾਬ ਕਰਦੇ ਇਹਦੀ ਸੇਵਾ ਕਰਕੇ। ਫਿਰ ਐਮ ਐਲ ਏ ਸਾਹਿਬ ਐਂ ਨਾ ਕਹਿਣ ਵੀ ਕੱਚ ਛੱਡਤੀ ਕੋਈ, ਹੁਣ ਦੱਸੂਗਾ ਉਹਨਾਂ ਨੂੰ ਮੈਂ ਵੀ ਇਹਦੇ ਵੀ ਰਿੰਗ ਪਾ ਕੇ ਆਇਆ ਸੀ, ਉਹਨੂੰ ਬੁਲਾ ਲਾ ਉਹਦੇ ਕੋਲ ਚੱਲ ਹੁਣ। ਆ ਜਾਓ ਜਨਾਬ ਚੱਲਦੇ ਆ ਬਿੱਲੂ ਬੱਕਰੇ ਕੋਲੇ, ਬਿੱਲੂ ਬੱਕਰੇ ਦਾ ਦੇਖਿਓ ਅੱਜ ਕੀ ਬਣਦਾ। ਮੈਂ ਕਹਿੰਦਾ ਚਲੋ ਚਲੋ ਆ ਤਾਂ ਬਾਹਲੀ ਵਧੀਆ ਗੱਲ ਬਣ ਗਈ, ਬਾਹਲੀ ਖੁਸ਼ੀ ਹੋ ਗਈ। ਮੈਨੂੰ ਤਾਂ ਇੱਥੇ ਇੰਨਾ ਅਰਥਾ ਬੰਦੇ ਦੇ ਨਾ, ਇਹ ਜੂਠਾ ਪਾਣੀ ਪਿਆਉਂਦਾ ਸੀ ਮੇਰੀ ਧੀ ਨੂੰ। ਹਾਂ ਬਸ ਇਹਦੇ ਲਾ ਦੇ ਪੈਂਚਰ, ਸਿੱਧੀ ਜਿਹੀ ਗੱਲ ਆ, ਇਕੱਠੇ ਕਰ ਇਹਨਾਂ ਦੋਨਾਂ ਨੂੰ ਕਿਵੇਂ। ਅੱਛਾ ਅੱਛਾ ਅੱਛਾ, ਜਦੋਂ ਕੁੱਟਿਆ ਕਰੇਗਾ ਉਹਦੇ ਇਕੱਠੇ ਕਰਿਆ ਕਰਾਂਗੇ। ਆ ਵੀ ਤੇਰੀ ਸਕੀਮ ਰੋਡ, ਜਿਵੇਂ ਤੈਨੂੰ ਲੋਟ ਆਉਂਦਾ ਕਰ ਲਾ ਬਸ ਝੰਬ ਦੇ। ਠੀਕ ਹੈ ਠੀਕ ਹੈ, ਆ ਤਾਂ ਤੂੰ ਮੈਨੂੰ ਖੁਸ਼ੀ ਦੇਤੀ ਅੱਜ ਸਨੀ, ਸਹੀ ਗੱਲ ਆ। ਦੋ ਰੋਟੀਆਂ ਅਤੇ ਦੋ ਪਾਣੀ ਦੇ ਗਲਾਸ ਵੱਧ ਪੀਊਂਗਾ ਅੱਜ, ਆ ਤਾਂ ਬੜਾ ਵਧੀਆ ਕੰਮ ਕਰਤਾ ਤੂੰ। ਠੀਕ ਹੈ ਠੀਕ ਹੈ, ਧੰਨਵਾਦ ਜੀ ਧੰਨਵਾਦ। ਕਿਆ ਬਾਤ ਹੈ ਕਿਆ ਬਾਤ ਹੈ, ਹੇ ਵਾਹਿਗੁਰੂ ਸੱਚੇ ਪਾਤਸ਼ਾਹ। ਉਹ ਪਰਮਾਤਮਾ ਕਹਿੰਦੇ ਹੁੰਦੇ ਨੇ ਇੱਕ ਨਾ ਇੱਕ ਦਿਨ ਤਾਂ ਸੁਣਦੇ ਹੀ, ਉਹ ਫੜਿਆ ਗਿਆ ਉਹ। ਕੀ ਹੋ ਗਿਆ, ਕਿਹਨੂੰ ਫੜ ਲਿਆ, ਕਿਹਨੇ ਫੜ ਲਿਆ, ਕਿਹਦਾ ਧੰਨਵਾਦ ਕਰਦੇ। ਰਵੀ 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 ਚੱਕ ਲਿਆ ਅੱਜ, ਮਤਲਬ ਚੱਕ ਲਿਆ। ਹਾਂ ਵਧੀਆ ਸ਼ੁਕਰ ਹੈ, ਤੂੰ ਆ ਲਈ ਬੈਠੀ ਆ ਲਿਆ ਕਰਨਾ ਦੇਖ, ਨਾਲ ਮੈਚਿੰਗ ਹੁੰਦੀ ਆ, ਮੈਚਿੰਗ ਇੰਨਾ ਕੁ ਤਾਂ ਮੈਨੂੰ ਵੀ ਪਤਾ। ਦੇਖ ਮੰਨ ਗਿਆ ਨਾ ਮੇਰੀ ਸਕੀਮ ਨੂੰ, ਚੱਕ ਦੇਖ। ਹਾਂ ਐ ਦੇਖ, ਇਹ ਇੱਕ ਗੱਲ ਹੋ ਦਾ ਤੈਨੂੰ ਮੈਂ, ਐ ਚੁੰਨੀ ਜਿਹੜੀ ਹੁੰਦੀ ਹੈ ਨਾ, ਚੁੰਨੀ ਐ ਕਰਕੇ ਲਵੇ ਆ ਦੇਖ, ਐ ਇਹ ਘਰ ਦਾ ਸ਼ਿੰਗਾਰ ਹੀ ਵੱਖਰਾ ਹੁੰਦਾ ਹੈ। ਸਿਰ ਤੇ ਕੱਪੜਾ ਲੀੜਾ ਜ਼ਰੂਰੀ, ਆਪਣੇ ਪਰਮਾਤਮਾ ਨੇ ਕਿਹਾ ਸਿਰ ਤੇ ਜ਼ਰੂਰੀ ਰੱਖਣਾ ਜ਼ਰੂਰੀ ਹੁੰਦਾ ਹੈ। ਤੇ ਫਿਰ ਆ ਵੀ ਤਾਂ ਮੇਰੇ ਕੋਲ ਪਈ ਸੀਗੀ, ਮੈਂ ਆ ਲੈ ਲਈ, ਫਿਰ ਆ ਦੂਜੇ ਸੂਟ ਨਾਲ ਦੀ ਲੈ ਲਈ ਮੈਂ ਕੱਢ ਕੇ। ਉਹ ਚੱਲ ਕੋਈ ਨਹੀਂ, ਸਿਰ ਤੇ ਕੱਪੜੇ ਦਾ ਕਹਿੰਦੇ ਹੁੰਦੇ ਆ ਵੱਖਰਾ ਹੀ ਅੰਦਾਜ਼ ਆ। ਹੋਰ ਦੱਸੋ ਆਪਣੀ, ਹੋਰ ਠੀਕ ਆ ਬਸ। ਮੈਨੂੰ ਤਾਂ ਅੱਜ ਖੁਸ਼ੀ ਹੋਈ ਪਈ ਆ, ਦੁਸ਼ਮਣ ਫੜਿਆ ਗਿਆ ਅੱਜ। ਹੁਣ ਕਿਹਦਾ ਫੋਨ ਆ ਗਿਆ ਤੇ ਆ ਹੈਲੋ ਬਾਬਾ, ਖਿੱਚ ਦਿਓ ਖਿੱਚ ਦਿਓ, ਚਿੱਬ ਦਿਓ ਬਸ ਬਸ। ਹਾਂ ਜੇ ਪਾਣੀ ਪੂਣੀ ਫੜਾ ਲਓ ਢਾਲ ਆਇਆ ਕਰੋ ਬਸ, ਜੇ ਪਾਣੀ ਮੰਗੂ ਤਾਂ ਵੀ ਢਾਲ ਆਇਆ, ਜੇ ਊਂ ਕਹੋ ਹਾਏ ਐਂ ਕਰੂ ਤਾਂ ਵੀ ਢਾਲ, ਵੀ ਹਾਏ ਕਿਉਂ ਕੀਤੀ ਬਸ, ਬਹਾਨੇ ਹੀ ਬਣਾ ਲਿਆ ਕਰੋ। ਹਾਂ ਕੱਢ ਦਿਓ ਗਿੱਟਾ ਗਿੱਟਾ ਗੋਡਾ ਕੋਈ ਲਿਆ ਕੇ ਇੱਥੇ, ਮੈਨੂੰ ਫੜਾ ਦਿਓ ਗਿੱਟਾ ਗੋਡਾ ਇਹਨਾਂ ਦਾ, ਲੱਤਾਂ ਅੱਡ ਕਰ ਦਿਓ, ਬਾਹਾਂ ਅੱਡ ਕਰ ਦਿਓ, ਕੁਛ ਨਹੀਂ ਹੁੰਦਾ। ਜੇ ਭੱਜਣ ਭੁੱਜਣ ਲੱਗਾ ਮਾਰਿਓ ਗੋਲੀ ਗਾਲੀ, ਦੇਖੀ ਜਾਊ ਕਿਹੜਾ ਕੁਛ ਬਣੂਗਾ। ਆਹੋ ਆ 330 ਦਾ ਬਣਾ ਦਿਓ। ਆਹੋ ਕਹਿੰਦੇ ਪੁਲਿਸ ਨੂੰ ਗਾਲ ਕੱਢਦਾ ਸੀਗਾ ਤੇ ਵਰਦੀ ਨੂੰ ਹੱਥ ਪਾਇਆ ਸੀਗਾ, 330 ਦਾ ਹੋਰ ਲਾ ਦਿਓ, ਨਾਲ ਕੁਛ ਨਹੀਂ ਹੁੰਦਾ। ਆਹੋ ਛੋਟਾ ਜਿਹਾ ਵੱਧ ਕੰਮ ਦੇ ਜਾਂਦਾ ਹੁੰਦਾ ਮਗਰੋਂ ਇਹ ਦਾ। ਠੀਕ ਹੈ ਜੀ ਠੀਕ ਹੈ, ਧੰਨਵਾਦ ਜੀ ਧੰਨਵਾਦ। ਵਾਹ ਕਿਆ ਬਾਤ ਹੈ ਕਿਆ ਬਾਤ ਹੈ, ਫੋਨ ਆਈ ਜਾਂਦੇ ਆ, ਫੋਨ ਹੀ ਆਉਣਗੇ ਅੱਜ ਤਾਂ, ਬਹੁਤ ਭੱਜਿਆ ਫਿਰਦਾ ਸੀਗਾ, ਹੁਣ ਹੋ ਗਏ, ਹੁਣ ਕਿਹੜਾ ਰਹਿ ਗਿਆ। ਸਿਆ ਲੈ ਵੀ ਜਤਰ ਸਿੰਘ ਆ, ਇਦੋਂ ਬਾਅਦ ਹੁਣ ਤੇਰਾ ਨੰਬਰ ਲੱਗੂਗਾ। ਫਿਰ ਤਾਂ ਮੈਂ ਵੀ ਜਾਇਆ ਕਰਾਂ ਡਿਊਟੀ ਤੇ ਹਨਾ ਹੁਣ। ਹਾਂ ਤੂੰ ਦੱਸ ਯਾਰ, ਇਹ ਤਾਂ ਕੰਮ ਤਾਂ ਚੱਲੇ ਜਾਣਗੇ। ਮੈਂ ਤਾਂ ਹੀ ਕਹਿੰਦੀ ਸੀਗੀ, ਮਾਸੀ ਦੀ ਕੁੜੀ ਦਾ ਵਿਆਹ ਗਾ। ਵਿਆਹ ਗਾ ਭਾਈ, ਚੰਗੀ ਗੱਲ ਹੈ, ਵਧੀਆ। ਵਧੀਆ ਨਹੀਂ, ਆਪਾਂ ਕੁਛ ਦੇ ਦਈਏ ਉਹਨਾਂ ਨੂੰ, ਕੁੜੀ ਨੂੰ। ਹਾਂ ਜਿਵੇਂ ਤੇਰਾ ਮਣੀ ਰਾਮ ਕਹਿੰਦਾ ਉਵੇਂ ਕਰ ਲਾ, ਇਹ ਚ ਪੁੱਛਣ ਦੀ ਗੱਲ ਨਹੀਂ। ਮਣੀ ਰਾਮ ਦਾ ਕੀ ਮੈਂ ਰਾਇਆ ਕਰਨੀ ਵੀ ਜ਼ਰੂਰੀ ਆ? ਨਾ ਨਾ, ਮਾਸੀ ਦਾ ਫੋਨ ਆਇਆ ਸੀਗਾ, ਤੁਹਾਨੂੰ ਪਤਾ ਸਰਦੇ ਵਰਦੇ ਜੇ ਹੈਗੇ ਆ, ਉਹ ਮੁੰਡਾ ਨਾ ਕਲਰਕ ਲੱਗਿਆ ਗਾ, ਕਹਿੰਦੇ ਵੀ ਮੌਕੇ ਜੇ ਤੇ ਵਿਆਹ ਕਰਨ, ਠੀਕ ਹੈ ਮੌਕੇ ਤੇ ਕਰਨਾ ਵਿਆਹ ਜਾ, ਹੈ ਕਹਿੰਦੇ ਵੀ ਚੱਲ ਵੀ ਮੁੰਡਾ
ਹੈ ਤਾਂ ਗਰੀਬ ਘਰ ਹੀ ਆ ਵੀ ਮੁੰਡੇ ਨੌਕਰੀ ਮਿਲ ਗਈ ਕਹਿੰਦੇ ਕਲਰਕ ਆ ਤੇ ਤੁਹਾਨੂੰ ਪਤਾ ਕੁੜੀ ਵੀ ਚੱਲ ਪੜ੍ਹੀ ਲਿਖੀ ਆ ਵਧੀਆ ਤੂੰ ਤਾਂ ਦੇਣ ਲੈਣ ਤਾਂ ਉਹਨਾਂ ਨੇ ਮੰਗਿਆ ਨਹੀਂ ਹੈਗਾ ਚੱਲ ਵੀ ਫਿਰ ਵੀ ਧੀ ਨੂੰ ਤਾਂ ਦੇਣਾ ਹੀ ਪੈਂਦਾ ਹੈ ਨਾ ਮੈਂ ਕਹਿੰਦੀ ਸੀ ਤਾਂ ਕਰਕੇ ਵੀ ਆਪਾਂ ਮਾਸੀ ਦਾ ਫੋਨ ਆਇਆ ਸੀ ਤੇ ਉਹਨੇ ਸਿੱਧਾ ਜਿਹਾ ਤਾਂ ਕਿਹਾ ਨਹੀਂ ਹੈਗਾ ਕਹਿੰਦੀ ਕੋਈ ਨਾ ਪੁੱਤ ਦੇਖਦੀ ਆ ਹੱਲ ਵੱਲ ਕਰਦੇ ਹਾਂ ਵੀ ਕਿਵੇਂ ਸਮਾਨ ਥੱਲਾ ਜਿਹਾ ਦੇਣਾ ਗਾ ਹੈ ਨਾ ਤੇ ਮੈਂ ਤਾਂ ਕਰਕੇ ਤੁਹਾਨੂੰ ਕਹਿੰਦੀ ਫਿਰ ਆਪਾਂ ਮਾਸੀ ਨੂੰ ਇਹੋ ਜਿਹਾ ਕਹਿ ਦਾਂਗੇ ਵੀ ਮਾਸੀ ਆਹ ਚੀਜ਼ ਅਸੀਂ ਦੇਵਾਂਗੇ ਜਿਹੜੀ ਚੀਜ਼ ਦੇਣੀ ਆ ਤੂੰ ਦੇ ਦੇ ਮੈਨੂੰ ਕੋਈ ਚੱਕਰ ਕਹਾਣੀ ਨਹੀਂ ਗਾ ਬਸ ਫੋਨ ਲਾ ਦੇ ਫੋਨ ਤਾਂ ਇੱਥੇ ਨੇ ਜਿਹੜੀ ਚੀਜ਼ ਕਹੇਗੀ ਫਰਿੱਜਾਂ ਵਾਲੇ ਨੇ ਖੋਲਣਾ ਜਿਹੜੀ ਚੀਜ਼ ਚੀਜ਼ ਮੰਗਾਉਣੀ ਹੋਈ ਜੇ ਪੈਸੇ ਦੇਣੇ ਹੋਏ ਤਾਂ ਪੈਸੇ ਦੇ ਦੇ ਉਹਨੇ ਪੈਸੇ ਦੇਣੇ ਹੋਏ ਤਾਂ ਪੈਸੇ ਦੇਣੇ ਅਗਲਾ ਆ ਦੇ ਉੱਥੇ ਨੇੜੇ ਚੱਕ ਲੂਗਾ ਹੋਰ ਬਸ ਲੋੜੀ ਨਹੀਂ ਚੀਜ਼ਾਂ ਕਾਹਨੂੰ ਫਸਣਾ ਨਾ ਨਾ ਉਹਨੂੰ ਪੁੱਛਣੀ ਭਾਈ ਜਿਹੜੀ ਚੀਜ਼ ਆਪਾਂ ਤਾਂ ਲੀੜਾ ਕੱਪੜਾ ਵੀ ਲੈ ਕੇ ਜਾਂਦੇ ਹੈਗੇ ਕਿਉਂਕਿ ਆਪਦੀ ਪਸੰਦ ਦਾ ਕੁੜੀ ਨੇ ਖਰੀਦਣਾ ਹੋਵੇ ਉਹ ਆਪਾਂ ਅੱਡ ਦੇ ਦਾਂਗੇ ਬਸ ਉਸ ਪੈਸਿਆਂ ਦੇ ਨਿਬੇੜਦੇ ਸਾਰਾ ਹੋਰ ਆ ਲੀੜੇ ਸਮਾਨ ਤਾਂ ਅੱਡ ਦੇ ਦੇ ਜਿਹੜਾ ਲੀੜੇ ਕੱਪੜਾ ਉਹਨਾਂ ਦਾ ਅੱਡ ਦੇ ਦੇ ਮੈਂ ਤਾਂ ਕਹਿੰਦਾ ਉੱਕਾ ਪੁੱਕਾ ਲੱਖ ਰੁਪਈਏ ਦੇ ਦੀ ਮੈਂ ਆਹੀ ਕਹਿੰਦੀ ਸੀਗੀ ਵੀ ਲੀੜਾ ਕੱਪੜਾ ਵੀ ਚੱਲ ਕੁੜੀ ਦਾ ਹਨਾ ਵਿਆਹ ਵਿਚਾਰੀ ਦਾ ਉਹਨੇ ਸ਼ੌਂਕ ਪੂਰੇ ਕਰਨੇ ਹੁੰਦੇ ਹੈਗੇ ਚੱਲ ਆਪਦੇ ਮਨ ਪਸੰਦ ਦਾ ਲੀੜਾ ਕੱਪੜਾ ਲੈ ਲੂਗੀ ਦੇ ਦੀ ਦੇ ਦੀ ਕੋਈ ਚੱਕਰ ਕਹਾਣੀ ਨਹੀਂ ਜਿੰਨੇ ਦੇਣੇ ਦੇ ਦੀ ਤਾਂ ਦੇਣੇ ਹੈ ਚੱਲ ਹੋਰ ਰਿਸ਼ਤੇਦਾਰੀ ਕਾਹਦੀ ਹੁੰਦੀ ਹੈ ਆਹੀ ਰਿਸ਼ਤੇਦਾਰੀ ਹੁੰਦੀ ਫਿਰ ਵੀ ਝਾਕ ਹੁੰਦੀ ਹੈ ਵੀ ਫਲਾਣਾ ਤੇ ਰਿਸ਼ਤੇਦਾਰ ਆਓ ਕੁਛ ਨਾ ਕੁਛ ਤਾਂ ਲਾਊ ਕੋਈ ਮੰਮੀ ਨੂੰ ਨਾ ਦੱਸ ਦੇ ਮੰਮੀ ਨੇ ਤੂੰ ਹੀ ਮੇਰੇ ਮਗਰ ਪੈ ਜਾਣਾ ਉਹ ਚੱਲ ਕੋਈ ਗੱਲ ਨਹੀਂ ਤੂੰ ਜਿਹੜਾ ਕੁਛ ਦੇਣਾ ਦੇ ਦੇ ਉਹਨੇ ਤਾਂ ਇਹ ਕਹਿ ਦੇਣਾ ਲੱਗ ਗਈ ਕਮਾਉਣ ਪੇਕਿਆਂ ਨੂੰ ਕਹੀ ਜਾਂਦੇ ਕੋਈ ਨਹੀਂ ਉਹ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਉਹ ਕਿਹੜਾ ਹੁਣ ਲਾਉਂਦੇ ਨੇ ਵੀ 10-10 ਕੁੜੀਆਂ ਦੇ 5-5 ਦਿਨ ਮੈਂ ਵਿਆਹ ਕਰ ਦਿੰਦਾ ਉਹ ਲਾਉਣੇ ਪੈਂਦੇ ਇਹ 'ਚ ਕੀ ਗੱਲ ਹੁੰਦੀ ਇਹ ਵੀ ਕਿ ਇਹ ਵੀ ਧੀ ਹੈ ਕਿਸੇ ਦੀ ਫਿਰ ਕੀ ਹੁੰਦਾ ਇਹ ਤਾਂ ਬਾਕੀ ਫਿਰ ਆਪਣੇ ਰਿਸ਼ਤੇਦਾਰ ਆ ਗਏ ਆਪਾਂ ਤਾਂ ਮੈਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੁੰਦਾ ਗਾ ਮੈਂ ਨਹੀਂ ਕਿਤੇ ਰੱਖਿਆ ਵੀ ਬਗਾਨਾ 'ਚ ਆਪਦਾ ਗਾ ਜਦੋਂ ਆਪਣਾ ਪਰਮਾਤਮਾ ਲਾਉਣਾ ਆਪਾਂ ਕੌਣ ਲਾਉਣ ਵਾਲੇ ਤੁਹਾਨੂੰ ਪਤਾ ਹੀ ਆ ਜਿੱਥੇ ਪਹਿਲਾਂ ਕੁੜੀ ਵਿਆਹੀ ਹੋਈ ਹੈ ਮਾਸੀ ਦੀ ਉਹ ਨਸ਼ੇੜੀ ਹੈਗਾ ਇੰਨੀ ਕੁੱਟਮਾਰ ਕਰਦਾ ਉਹਦੇ ਵੱਲੋਂ ਦੁਖੀ ਆ ਚੱਲ ਆਹ ਇਹ ਆ ਨਾਲੇ ਤਾਂ ਮੁੰਡਾ ਨਸ਼ਾ ਪਤਾ ਨਹੀਂ ਕਰਦਾ ਨਾਲੇ ਮੁੰਡਾ ਇਕੱਲਾ ਗਾ ਦੋ ਭੈਣਾਂ ਨੇਗੀਆਂ ਵਿਆਹੀਆਂ ਵਾ ਤੇ ਬਿੜਕ ਛਿੜਕ ਲੈ ਲਓ ਪਹਿਲਾਂ ਕਹਦੇ ਮੁੜ ਕੇ ਉਹ ਗੱਲ ਹੋ ਜਾਂਦੀ ਬਿੜਕ ਲਈ ਹੈਗੀ ਹਾਂ ਉਹ ਅਜੇ ਨੂੰ ਹੀ ਕਰਾਉਂਦੀ ਆ ਉਹ ਕਰਾਉਂਦੀ ਤਾਂ ਹੈਗੀ ਆ ਬਾਅਦ ਚ ਅੱਜ ਕੱਲ੍ਹ ਰਿਸ਼ਤੇਦਾਰੀਆਂ ਵੀ ਤੈਨੂੰ ਮਤਲਬ ਘੋਰ ਰੱਖ ਜਾਂਦੇ ਆ ਆਪਦੀ ਬਿੜਕ ਲੈਣੀ ਜ਼ਰੂਰੀ ਆ ਆਪਾਂ ਕਦੋਂ ਕਹਿ ਦਿੰਦੇ ਆ ਨਹੀਂ ਡਰੈਸ ਪੁੱਛ ਲਈ ਉਹਨਾਂ ਨੂੰ ਮੈਂ ਪੁੱਛੂ ਸਾਰੀ ਗੱਲਬਾਤ ਆ ਵੀ ਕਿਹੜਾ ਪਿੰਡ ਆ ਮੁੰਡੇ ਦਾ ਕੀ ਨਾਂ ਪਿਓ ਦਾ ਕੀ ਨਾਂ ਗਾ ਮੁੜ ਕੇ ਬੇਲਾਂ ਨਹੀਂ ਹੱਥ ਚ ਆਉਂਦਾ ਮੁੰਡੇ ਦਾ ਨਾਂ ਗੁਰਵਿੰਦਰ ਹੈਗਾ ਪਿਓ ਦਾ ਨਾਂ ਕਹਿੰਦੇ ਕੇਵਲ ਸਿੰਘ ਹੈਗਾ ਪਿੰਡ ਕਿਹੜਾ ਗਾ ਪਿੰਡ ਚੋਟੀਆਂ ਮੈਂ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਲਾਜੀ ਪਸੰਦ ਬਥੇਰੇ ਬੰਦੇ ਆ ਆਪਣੇ ਹੈਗੀ ਸਿੱਧਾ ਨਾਲ ਪੁੱਛਾਂਗਾ ਆਪਾਂ ਮੇਨ ਸਰਪੰਚ ਨੂੰ ਹੀ ਪੁੱਛਾਂਗੇ ਹਾਂ ਸਰਪੰਚ ਨਾਲ ਗੱਲ ਕਰ ਲਿਓ ਤੁਸੀਂ ਤੇ ਪਿਛਲਾ ਪਿੰਡ ਕਹਿੰਦੇ ਉੱਗੋ ਕੇ ਹੈਗਾ ਇੱਥੇ ਆਏ ਆ ਰਹਿਣ ਲੱਗੇ ਉਹ ਵੀ ਚੋਟੀਆਂ ਦੇ ਜਿਹੜਾ ਅੱਜ ਫੜਿਆ ਗਿਆ ਹੈਗਾ ਰਵੀ ਚੋਟੀਆਂ ਤਾਂ ਹੀ ਆ ਮੈਂ ਤਾਂ ਕਹਿੰਦਾ ਹੇ ਪਰਮਾਤਮਾ ਹੇ ਮੇਰੇ ਵਾਹਿਗੁਰੂ ਆ ਹੈ ਬੰਦੇ ਨੂੰ ਕੀ ਕਹਿੰਦਾ ਹੈ ਐਡਾ ਦੇਖ ਗੁਰਾਂ ਨੂੰ ਸੋਹ ਕੇ ਸ਼ਰਮ ਛੰਗ ਨਹੀਂ ਮੰਨਦਾ ਤੂੰ ਇੱਕ ਕੁੜੀ ਨੂੰ ਚੱਕਦਾਗਾ ਸਿੱਧਾ ਤੂੰ ਮੇਰੇ ਨਾਲ ਲੈ ਪੰਗਾ ਇੱਕ ਚਵਾਜੇ ਤੂੰ ਮੇਰੀ 'ਚ ਮੇਰਾ ਜਵਾਕ ਨਹੀਂ ਛੋਟਾ ਕੀ ਵਿਗਾੜਾ ਗਾ ਮੈਂ ਨਹੀਂ ਗੱਲ ਭੁੱਲਦਾ ਹੁਣ ਓਹੋ ਚੱਲ ਕੋਈ ਨਾ ਇਹ ਮੈਨੂੰ ਐਂ ਸਮਝਦਾ ਰਾਹ 'ਚ ਇਹਨਾਂ ਨੂੰ ਕੋਈ ਕੁਛ ਕਹਿੰਦਾ ਨਹੀਂ ਜਾਂਦੇ ਆਉਂਦਿਆਂ ਨੂੰ ਕੋਈ ਟੱਕਰਦਾ ਤਾਂ ਹੋਊ ਕਿਸੇ ਨੂੰ ਢਾ ਲਓ ਫੜ ਕੇ ਉੱਥੇ ਇੰਨੀਆਂ ਬੁੜੀਆਂ ਟੱਚ ਜਾਂਦੀਆਂ ਤਾਂ ਗੱਲ 'ਚ ਭਾਲੇ ਅਗਲੇ ਦਾ ਹੱਥ ਵੀ ਆ ਭਾਈ ਤੁਸੀਂ ਕੀ ਕਰ ਦਾਂਗਾ ਬੰਦੇ ਨੂੰ ਪਤਾ ਗੱਲ ਕੀ ਹੈਗੀ ਕਹਿੰਦਾ ਜਿਹੜਾ ਇਹ ਜਿਹਾ ਗੁੰਡਾ ਗਰਦੀ ਕਰਨ ਵਾਲੇ ਹੁੰਦੇ ਉਹਨਾਂ ਤੋਂ ਹਰੇਕ ਡਰਦਾ ਇਹਨਾਂ ਨੂੰ ਕਿਹੜਾ ਕਿਸੇ ਦੀ ਸ਼ਰਮ ਆਉਂਦੀ ਆ ਸ਼ਰਮ ਜਾ ਹੋਵੇ ਤਾਂ ਇਹ ਜੇ ਕੰਮ ਕਿਉਂ ਕਰਨ ਨਹੀਂ ਮੈਂ ਤਾਂ ਕਹਿੰਦਾ ਇਹਨੂੰ ਰਾਤ ਛੱਟ ਲੈ ਵਾ ਜੇ ਇਹਨੂੰ ਵੀ ਟੱਕਦਾ ਉਹਦੇ ਪੁੱਛ ਲੈ ਭਈ ਹਾਂ ਦੱਸ ਕੀ ਗੱਲ ਐਡਾ ਗੱਡਾ ਕਿ ਤੇਰੇ ਮਸਤੇ ਮੈਂ ਚੜਿਆ ਮੈਂ ਤਾਂ ਜਿਹੜੀ ਰਾਤ ਦਵਾਈ ਜੀ ਲੈ ਕੇ ਆਈ ਸੀ ਨਾ ਆਪਾਂ ਜਾ ਕੇ ਮੈਂ ਤਾਂ ਉਹਨੂੰ ਉਹਦ ਮਧੂਲੀ ਜੀ ਹੋਈ ਪਈ ਪਤਾ ਨਹੀਂ ਕੀ ਹੋਈ ਪਰਸੋਂ ਮੈਨੂੰ ਉੱਥੇ ਮੈਨੂੰ ਕਿਹਦਾ ਟੱਕਰਿਆ ਉੱਤੇ ਮੈਂ ਘੇਰ ਲਿਆ ਉਹਨੇ ਮੈਂ ਕੀ ਕੀਤਾ ਜੀ ਬਾਅਦ ਚ ਕਹਿੰਦਾ ਵੀਡੂ ਆ ਇਹ ਵੀਡੂ ਦਾ ਕੀ ਮਤਲਬ ਹੋਇਆ ਵੀਡੂ ਦਾ ਕੀ ਮਤਲਬ ਹੋਇਆ ਮੈਂ ਤਾਂ ਖੇੜਾ ਛਡਾਉਣਾ ਵੀਡੂ ਤਾਂ ਮੈਂ ਢਾਲਿਆ ਫੜ ਕੇ ਉੱਥੇ ਚੰਗੀ ਮੁਰੰਮਤ ਕਰੀ ਇਹਦਾ ਕੋਈ ਨਹੀਂ ਆਪਾਂ ਤਾਂ ਕਹਿਣੇ ਹੈਗਾ ਜੇ ਮੇਰੇ ਜਿੰਨਾ ਵੀ ਮੇਰੇ ਨਾਲ ਪਰਿਵਾਰ ਜੁੜਿਆ ਵਾ ਜੇ ਕਿਸੇ ਨੂੰ ਕੋਈ ਟੱਕਰ ਦਵਾ ਢਾ ਲਿਆ ਕਰੂ ਬਸ ਫੜ ਕੇ ਬਸ ਸਿੱਧੀ ਜੀ ਗੱਲ ਮੈਂ ਕੀ ਕਹੀ ਜਾਂਦੀ ਆ ਮੈਂ ਦਵਾਈ ਲਿਆਂਦੀ ਸੀ ਮੈਂ ਉਹਦੋਂ ਉਹ ਤੋਂ ਮਧੂਲੀ ਜੋਈ ਪਈ ਮੈਨੂੰ ਤਾਂ ਨੀਂਦ ਆਈ ਜਾਂਦੀ ਆ
ਨੀਂਦਾ ਹੀ ਤੂੰ ਪਾਈ ਜਾ ਫਿਰ ਹੋਰ ਜਾਂ ਕਰ ਆਰਾਮ ਜਾ ਕੇ ਕੋਈ ਨੀ ਠੀਕ ਆ ਕਰਲਾ ਕਰਲਾ ਆਰਾਮ ਮੈਨੂੰ ਦੱਸੋ ਤਾਂ ਸਹੀ ਵਿਆਹ ਬੂਹ ਨੀ ਹੈਗੀ ਵਿਆਹ ਤਾਂ ਤੇਰੇ ਵਰਗਿਆਂ ਦੇ ਪਤਾ ਨੀ ਕਿੰਨੇ ਕੁ ਕਰਾਈ ਬੈਠੇ ਹੁੰਦੇ ਇਹੋ ਜਿਹੀਆਂ ਨਾ ਹੈ ਰਵੀ ਲਿਆਂਦਾ ਮਲਾਵਾਂ ਓਏ ਰਵੀ ਲਿਆਂਦਾ ਮਲਾਵਾਂ ਓਏ ਹੁਣ ਤੈਨੂੰ ਬਾਹਰ ਕੌਣ ਕੱਢੂਗਾ ਕਦੇ ਤੂੰ ਉਹਨੂੰ ਕੱਢ ਲਿਆ ਕਦੇ ਉਹਨੇ ਤੈਨੂੰ ਕੱਢ ਲਿਆ ਹੈ ਓਏ ਓਏ ਕੌਣ ਕੱਢੂ ਹੁਣ ਹੁਣ ਕੌਣ ਕੱਢੂ ਹੈ ਓਏ ਓਏ ਉਹ ਕੋਈ ਨੀ ਜਨਾਬ ਤੁਸੀਂ ਆਪਣਾ ਕੰਮ ਕਰੋ ਤੂੰ ਗੱਲ ਨਾ ਕੋਈ ਉਹ ਜਿਹੀ ਕੱਢੀ ਸੇਵਾ ਕਰਕੇ ਆਇਆ ਉਹਦੀ ਮੈਂ ਤੁਹਾਨੂੰ ਜੋਗੇ ਨਹੀਂ ਸੁਣੂ ਛੱਡਦਾ ਹੁਣ ਆਪਣਾ ਕੰਮ ਕੀ ਹੋਏ ਆਪਣਾ ਕੰਮ ਕੀ ਕੀ ਆਪਣਾ ਕੀ ਆਪਣਾ ਹੋਏ ਕੀ ਆਪਣਾ ਹੋਏ ਕੰਮ ਕਿਤੇ ਨਾ ਬਾਹਰ ਮਾਰੇ ਨੀ ਬਾਹਰ ਕੀ ਆਪਣਾ ਹੋਏ ਕੀ ਆਪਣਾ ਹੋਏ ਹੈਂ ਜਨਾਬ ਕੀ ਆਪਣਾ ਇੱਧਰ ਮੈਨੂੰ ਲਾਉਣ ਦੇ ਉਹਦੇ ਕੀ ਆਪਣਾ ਕੀ ਆਪਣਾ ਹੋਏ ਕੀ ਆਪਣਾ ਹੋਏ ਕੀ ਆਪਣਾ ਹੋਏ ਕੀ ਆਪਣਾ ਹੈਂ ਹੈਂ ਤੂੰ ਕੀ ਕਰੇਗਾ ਓਏ ਦੱਸ ਕੀ ਕਰੇਗਾ ਹੈਂ ਦੱਸ ਕੀ ਕਹਿੰਦਾ ਕੀ ਕਰੇਗਾ ਦੱਸ ਕੀ ਕਰੇਗਾ ਦੱਸ ਓਏ ਓਏ ਆਪਣਾ ਕੰਮ ਕੀ ਕੀ ਇੱਧਰ ਕਰ ਲੈਣ ਇੱਧਰ ਹਾਂ ਕੀ ਆਪਣਾ ਓਏ ਕੀ ਆਪਣਾ ਓਏ ਹੈਂ ਤੂੰ ਕੀ ਕਰੇਗਾ ਹੈਂ ਦੱਸ ਹੈਂ ਇੱਕ ਮਿੰਟ ਜਨਾਬ ਪੁੱਛੋ ਇਹ ਚੌਂ ਕਹਿਣਾ ਕੀ ਚਾਹੁੰਦਾ ਕਹਿਣਾ ਕੀ ਚਾਹੁੰਦਾ ਦੱਸ ਗੋਦੀਆਂ ਰੱਖੀਆਂ ਹੈ ਓਏ ਹੈਂ ਐਕਟਰ ਨਾ ਹੋਏ ਕੋਈ ਹੈਂ ਸਾਲਿਆ ਕਰੋੜ ਫਿਲਮਾਂ ਦਾ ਹੀਰੋ ਬਣਨਾ ਹੈ ਕਰੋੜ ਫਿਲਮਾਂ ਦਾ ਹੀਰੋ ਬਣਨਾ ਹੈ ਹੈਂ ਦੱਸ ਹੈਂ ਦੱਸ ਆਪਣਾ ਕੰਮ ਕੀ ਨਾਲੇ ਮੈਨੂੰ ਐਂ ਦੱਸ ਕੌਣ ਕਰਾਉਂਦਾ ਉੱਥੋਂ ਇਹ ਕੰਮ ਹੈ ਓਏ ਸਾਥੋਂ ਕਿਹਨੇ ਕਰਾਉਣੇ ਆ ਅਸੀਂ ਤਾਂ ਭਲੇ ਮਾਨਸ ਬੰਦੇ ਹਾਂ ਤੁਹਾਡੀ ਤਾਂ ਇੰਨੀ ਹਸਤੀ ਹੈ ਨਹੀਂ ਹਾਲੇ ਬੰਦੇ ਦਾ ਨਾਂ ਦੱਸ ਦਿਆ ਕਰੀ ਮੈਨੂੰ ਕੌਣ ਆ ਓਏ ਕੋਈ ਨਹੀਂ ਹੈਗਾ ਕੌਣ ਆ ਤੂੰ ਬੋਲ ਪਾ ਕੋਈ ਨਹੀਂ ਹੈਗਾ ਹੈਂ ਚਤਰਾ ਚੁੰਟੀ 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 ਓਏ ਭਾਗ ਭਾਗ ਲਾਸ ਲੈ ਪਲਾਸ ਪਲਾਸ ਲੈ ਤੇ ਨੋ ਪੱਟ ਨੋ ਪੱਟ ਪਲਾਸ ਲੈ ਨੋ ਪੱਟ ਜਨਾਬ ਆਈ ਐ ਮਨਾ ਲੂ ਮੈਂ ਓਏ ਓਏ ਬਲਸ ਬਸ 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 ਆਪਣਾ ਕੰਮ ਕੀ ਦੱਸ ਦੱਸ ਆਪਣਾ ਕੰਮ ਕੀ ਕੌਣ ਆ ਤੁਹਾਡੇ ਪਿੱਛੇ ਹੋਰ ਆਪਣਾ ਕੰਮ ਕੀ ਓਏ ਹੈ 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 ਓਏ ਆਪਣਾ ਕੰਮ ਕੀ ਹੈ ਓਏ ਦੱਸ ਆਪਣਾ ਕੰਮ ਕੀ ਓਏ ਹੈ ਦੱਸ ਡਰਾਮੇ ਨਾ ਕਰੀ ਹੁਣ ਬਾ ਕਵਾ ਮੈਂ ਤਾਂ ਚੱਕਦਾ ਮੂੰਹ ਤਾਂ ਹੱਥ ਪਾ ਮਾਰ ਬਾਪਰੇ ਕਰ
ਓਏ ਤੂੰ ਆਏ ਆਕੜਾ ਹੋਏ ਜਨਾਬ ਮੂਹਰੇ ਆਕੜਨਾ ਹੋਏ ਹੈ ਓਏ ਆਕੜਨਾ ਹੋਏ ਵੱਡਿਆ ਵੇਲੀਆ ਆਕੜਾ ਹੋਏ ਹੈ ਕੀ ਲੱਛਣ ਕੀ ਆਏ ਤੁਹਾਡੇ ਹੈ ਛੱਡ ਚੱਤਰਿਆਂ ਨੂੰ ਬਸ ਐਮ ਐਲ ਏ ਸਾਹਿਬ ਨੂੰ ਦੱਸਣਾ ਹੀ ਆ ਇਹਦੀ ਸੇਵਾ ਕਰਤੀ ਨਿਤ ਨਿਤ ਚਾਰ ਚਾਰਾਂ ਦੀ ਇੰਨੀ ਸੇਵਾ ਕਰਿਆ ਕਰੋ ਮਰੋ ਕੁੱਤੇ ਦੀ ਮੌਤ ਆ ਕੋਈ ਨੀ ਭਗਤੀ ਦੱਸੋ ਕਿਹੜਾ ਕੁੱਤੇ ਦੀ ਮੌਤ ਮਾਰਦਾ ਚਾਤਰਿਆ ਮੈਨੂੰ ਪਹਿਲਾਂ ਪਤਾ ਸੀ ਤੂੰ ਸਾਨੂੰ ਹੀ ਠੋਕੇਗਾ ਜਿੱਦੇ ਠੋਕਿਆ ਪਰ ਕੋਈ ਗੱਲ ਨੀ ਇੱਕ ਵਾਰੀ ਬਾਹਰ ਆ ਜਾਂਦੇ ਤੈਨੂੰ ਤਾਂ ਮੈਂ ਦੱਸ ਦੂੰ ਪਤਾ ਰਵੀ ਰਵੀ ਕਿਵੇਂ ਫੜ ਲਿਆ ਟੈਨਸ਼ਨ ਤੇ ਟੈਨਸ਼ਨ ਪਾਉਂਦੀ ਹਾਂ ਪੰਗਾ ਪੈ ਗਿਆ ਰਵੀ ਕਿਵੇਂ ਲੱਗ ਗਿਆ ਇਹਨਾਂ ਦੇ ਹੱਥ ਪੜਾਕਾ ਪੈ ਜਾਂਦਾ ਨਾ ਪੜਾਕਾ ਪਵੇ ਲਾ ਕੇ ਨਾ ਸਿੱਧੀ ਇਹ ਇਹਦੇ ਨਾਲ ਕਰੰਟ ਲਾਉਣਾ ਨਾ ਇਹ ਵੱਡੀ ਲਿਆਇਆ ਤਾਰਾ ਸਾਹਿਬ ਤੁਸੀਂ ਬਾਹਲਾ ਦੁਖੀ ਲੱਗਦੇ ਦੁਖੀ ਨੀ ਮੈਂ ਤਾਂ ਬਹੁਤ ਦੁਖਿਆ ਜੂਠਾ ਪਾਣੀ ਪਿਆ ਮੇਰੀ ਧੀ ਨੂੰ ਉਹਨਾਂ ਨੇ ਜੂਠਾ ਆਹ ਦੇਖ ਐਡੇ ਐਡੇ ਕੱਟ ਕੇ ਸਮਾਰ ਕੇ ਲਾਉਣੀਆਂ ਹਾਂ ਬੰਦਾ ਇੱਕ ਤਾਂ ਜਮਾਂ ਸੁੱਚ ਦੇ ਕੋਲੇ ਖੜਾ ਹੋਵੇ ਸਿੱਧੀ ਪਾਉਣੀ ਆ ਡਰੈਕਟ ਇਹ ਵੀ ਨਾ ਇਹ ਛੜੇ ਨਾ ਕਰੇ ਬਸ ਆ ਲਾ ਕੇ ਪਿੱਛੇ ਨੀ ਖਿੱਚਣੀ ਬਾਹਰ ਉੱਥੇ ਲਾਈ ਰੱਖਣੀ ਆ ਅਸਾਂ ਕੋਲੇ ਖੜੇ ਤੇ ਮਾਰ ਲਾ ਕੇ ਜਾਵਾਂ ਤੁਸੀਂ ਵੀ ਬਾਲੇ ਅੱਕੇ ਪਏ ਆ ਜਵਾਕਾਂ ਵਾਲੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਜੀ ਇਹ ਜਵਾਕਾਂ ਵਾਲੀਆਂ ਨਹੀਂ ਅਸਾਂ ਤਾਂ ਕੋਲੇ ਲਿਆਏ ਤੇ ਇਹਨੂੰ ਮੇਰੇ ਸਾਹਮਣੇ ਲਾ ਦੇ ਚਲੋ ਕੋਈ ਨਾ ਆਪਾਂ ਕਾਨੂੰਨ ਦੇ ਖਿਲਾਫ ਨਹੀਂ ਨਾ ਜਾਣਾ ਬੇਫਿਕਰ ਹੋ ਜਾਓ ਇਸ ਗੱਲ ਕਟਾਪਾ ਤਾਂ ਅਸੀਂ ਪਹਿਲਾਂ ਹੀ ਬਥੇਰਾ ਕੋਟ ਕਰਾ ਦੇਖ ਰਾਤ ਆ ਖੁਸ਼ੀ ਜੀ ਮਹਿੰਦੀ ਲੱਗ ਗਈ ਇੰਨੀ ਖੁਸ਼ੀ ਹੈ ਮੈਨੂੰ ਰਾਤ ਮੇਰਾ ਪਰਮਾਤਮਾ ਮੇਰੇ ਨਾਲ ਹੀ ਹੁੰਦਾ ਸਹੀ ਗੱਲ ਦੱਸਦਾ ਜਦੋਂ ਕੋਈ ਜ਼ਿਆਦਾ ਖੁਸ਼ੀ ਦਾ ਦਿਨ ਹੋਵੇ ਨਾ ਮੇਰੀ ਮਹਿੰਦੀ ਲੱਗ ਜਾਂਦੀ ਆ ਦੇਖ ਕਿਹੜੇ ਬਾਬੇ ਨੂੰ ਮੰਨਦੇ ਬੱਬੂ ਮਹਾਰਾਜ ਨੂੰ ਬਸ ਬਾਬਾ ਜਿਦਨ ਦੱਸੀ ਆ ਨਾ ਪਰਮਾਤਮਾ ਦਾ ਸਾਰਾ ਦੇਖੋ ਹੀ ਆ ਨਹੀਂ ਇੱਕ ਹੀ ਆ ਤੁਸੀਂ ਤਾਂ ਬੱਬੂ ਮਹਾਰਾਜ ਨੂੰ ਮੰਨਦੇ ਖਾਸ ਆ ਜਾਂਦਾ ਤੇ ਪਰ ਅਸਲ ਪਰਮਾਤਮਾ ਦਾ ਤੈਨੂੰ ਪਤਾ ਹੀ ਆ ਇਹ ਤਾਂ ਗੱਲ ਹੈਗੀ ਆ ਜੀ ਚਲੋ ਕੋਈ ਗੱਲ ਨੀ ਹੋ ਗਿਆ ਤੁਹਾਡਾ ਇਹ ਤਾਂ ਕੰਮ ਹੋਰ ਹੁਕਮ ਦੱਸੋ ਹੁਕਮ ਨੀ ਮੈਂ ਤਾਂ ਜਿੰਨਾ ਚਿਰ ਚੀਕਾਂ ਨੀ ਸੁਣਦਾ ਵਾ ਚੰਗਾੜਾ ਏਡੇ ਏਡੇ ਉਹਦੇ ਪੈਰਾਂ 'ਚ ਤੁਰੇ ਨਾ ਪੱਟਾਂ 'ਚ ਏਡੇ ਏਡੇ ਉਹ ਪਾਉਣੇ ਖੱਲੜ ਉਹਦੇ ਟੋਏ ਫਿਰ ਲੈ ਕੇ ਚੱਲਾਂ ਹੁਣ ਕੋਲ ਟੋਏ ਪਾਉਣੇ ਏਡੇ ਏਡੇ ਟੋਏ ਆਏ ਫਿਰ ਸਾਨੂੰ ਮੈਂ ਕੋਲ ਹੀ ਲੈ ਚੱਲਦਾ ਤੁਸੀਂ ਨਹੀਂ ਬਸ ਕਈ ਤਾਂ ਦੱਸ ਟੋਏ ਪਾਉਣੇ ਆਹੀ ਤਾਰ ਲਾਉਣੀ ਆ ਦੂਜੀ ਕੱਚੀ ਤਾਰ ਨਾਲ ਕਿਹੜੀ ਗੱਲ ਬਣਦੀ ਆ ਉਹ ਤਾਂ ਮੂੰਹ ਮੱਚ ਜਾਂਦੀ ਝੱਟ ਕੇ ਨਾਲ ਇਹ ਨਾ ਮੱਚੇ ਨਾ ਕਰਿਆ ਪਾ ਦੇ ਗੱਲ ਬਣਾ ਦੇ ਮਿੰਟ ਪੈ ਜਾ ਪੱਲੇ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਕਿਉਂ ਉਹ ਕਰੀ ਜਾਂਦੇ ਹੋ ਮੈਨੂੰ ਤਾਂ ਤੁਹਾਨੂੰ ਟੈਨਸ਼ਨ ਆ ਵੀ ਭੱਜਣਾ ਜਾਣ ਹੁਣ ਨਹੀਂ ਭੱਜਣ ਦਿੰਦਾ ਬਸ ਠੀਕ ਹੈ ਬਸ ਇਹ ਤਾਂ ਫੇਰ ਨਾ ਮੈਨੂੰ ਕਦੀ ਆਹ ਕੰਮ ਹੋ ਗਿਆ ਜੀ ਮੈਥੋਂ ਕਦੀ ਡਰਿਆ ਨਹੀਂ ਜਾਣਾ ਮੈਂ ਕਹਿੰਦਾ ਹਾਂ ਚੱਲ ਠੀਕ ਹੈ ਫਿਰ ਮੈਂ ਤਾਂ ਐਂ ਆਇਆ ਸੀਗਾ ਹੁਣ ਮੇਰੇ ਕੋਲ ਟਾਈਮ ਹੈ ਨਾ ਜੇ ਮੈਂ ਬਾਹਲਾ ਟਾਈਮ ਬੈਠਾ ਰਿਹਾ ਤੂੰ ਮੇਰੇ ਕੋਲ ਬੈਠੇ ਗੱਲ ਨਹੀਂ ਬਣਨੀ ਬਸ ਇੱਥੇ ਬੈਠੋ ਘੱਟ ਉੱਥੇ ਵੱਧ ਜਾ ਦੇ ਬਸ ਬੱਬ ਲਾਉਣਾ ਮੈਂ ਕਿਆ ਦੱਸਿਆ ਹਾਂ ਖਿੱਚ ਲਓ ਢਾਹ ਲਓ ਬਸ ਆ ਜਾਓ ਮਾੜਾ ਜਿਹਾ ਜੈ ਹਿੰਦ ਤੇ ਕਰੋ ਤਿਆਰੀ ਸੇਵਾ ਦੀ ਉਹ ਜਨਾਬ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ ਟੈਨਸ਼ਨ ਕਾਹਦੀ ਆ ਧਾਰ ਦੀ ਚੱਕ ਤੈਨੂੰ ਦੱਸ ਦਾਂਗਾ
ਜਗਾਰ ਜਾਓ ਨਾ ਮੈਂ ਦੇਖਿਆ ਜੋ ਸਿਸਟਰ ਜਾਂ ਠੀਕ ਨੀ ਬੈਠਾ ਇਹਦਾ ਜੱਟ ਸੌਦਾ ਸਿੱਧੀ ਚਲੋ ਠੀਕ ਹੈ ਜੀ ਕੋਈ ਗੱਲ ਨੀ ਤੇ ਤੁਸੀਂ ਸੇਵਾ ਦੱਸੋ ਚਾਹ ਪਾਣੀ ਮੰਗਵਾਓ ਕੀ ਹੋਵੇ ਗਲਤ ਕੰਮ ਕਰਦਾ ਸਮਝ ਕੇ ਉਸੇ ਦੀ ਲੱਗਣੀ ਚਾਹੀਦੀ ਹੈ ਠੀਕ ਹੈ ਤੁਸੀਂ ਬੇਫਿਕਰ ਹੋ ਜਾਓ ਚੱਲ ਲੈ ਹੁਣ ਨੰਗਣੇ ਨਹੀਂ ਚਾਹੀਦੇ ਬੰਦੇ ਉਹ ਬੇਫਿਕਰ ਹੋ ਜਨਾਬ ਠੀਕ ਹੈ ਚਲੋ ਫਿਰ ਮੈਂ ਬਾਹਲਾ ਬੈਠਣ ਦਾ ਮੇਰਾ ਵੀ ਨਹੀਂ ਫਾਇਦਾ ਕਿਉਂ ਉਹਨੇ ਤੁਹਾਨੂੰ ਉਹਨਾਂ ਟਾਈਮ ਖਰਾਬ ਹੋਈ ਜਾਂਦਾ ਮੈਂ ਕਹਿੰਦਾ ਬਸ ਹੁਣ ਢਾਲੂ ਬੋਲ ਕੇ ਵਾਹਿਗੁਰੂ ਜੀ ਕਹਿੰਦਾ ਜੈ ਹਿੰਦ ਭਾਈ ਜੈ ਜਨਾਬ ਐਮਐਲਏ ਸਾਹਿਬ ਵੀ ਜਵਾਕਾਂ ਨਾਲ ਗੱਲਾਂ ਕਰਨ ਲੱਗ ਜਾਂਦੇ ਜਨਾਬ ਉਹ ਤਾਂ ਜੱਟ ਸਾਦਾ ਵਰਤਦੇ ਨੇ ਇਮਾਨਦਾਰ ਬੰਦਾ ਇਹਨੂੰ ਐ ਵੀ ਅਸੀਂ ਆਪਾਂ ਕਰੰਟ ਲਾ ਸਕਦੇ ਆ ਐ ਸਾਰਾ ਕੁਛ ਅਸੀਂ ਉਹ ਜਨਾਬ ਉਹਨਾਂ ਦੇ ਅਤਿਆਚਾਰ ਹੋਏ ਨੇ ਉਹਨਾਂ ਦੇ ਪਰਿਵਾਰ ਤੇ ਅਗਲੇ ਨੂੰ ਤਾਂ ਲੱਗਦੀ ਹੈ ਨਾ ਹਾਂ ਉਹੀ ਗੱਲ ਆ ਇਹ ਗੱਲ ਹੈ ਚੱਲ ਕੋਈ ਨਾ ਆਪਾਂ ਤਾਂ ਜਿਵੇਂ ਐਮ ਐਲ ਏ ਸਾਹਿਬ ਕਹਿਣਗੇ ਆਪਾਂ ਤਾਂ ਕਰਾਂਗੇ ਆਪਾਂ ਤਾਂ ਇਮਾਨਦਾਰੀ ਦਾ ਸਾਥ ਦੇਣਾ ਬਿਲਕੁਲ ਜੀ ਬਿਲਕੁਲ ਹਾਂ ਕਹਿੰਦੇ ਹੁੰਦੇ ਜਿਸਕਾ ਖਾਈਏ ਉਸਕਾ ਗੁਣ ਗਾਈਏ ਆਪਾਂ ਤਾਂ ਇਹਨਾਂ ਦਾ ਗੁਣ ਗਾਉਣਾ ਸਰਕਾਰ ਦਾ ਸਰਕਾਰ ਦੇ ਅੰਡਰ ਕੰਮ ਕਰ ਮਾੜਾ ਜਿਹਾ ਮੇਰੇ ਬਾਰੇ ਵੀ ਕਹਿੰਦੇ ਹੁਣ ਐਮ ਐਲ ਏ ਸਾਹਿਬ ਨੂੰ ਜੀ ਮੈਂ ਕਹਿੰਦਾ ਜਦੋਂ ਮੈਂ ਕਹਿ ਤਾ ਤੇਰੀ ਪ੍ਰਮੋਸ਼ਨ ਹੋਊਗੀ ਦਿਨ ਦੋ ਚਾਰ ਹੀ ਜਾਂਦੇ ਆ ਬਸ ਅੱਛਾ ਜਨਾਬ ਹਾਂ ਜੈ ਹਿੰਦ ਸਰ ਹਾਂ ਚਲੋ ਤਿਆਰੀ ਕਰ ਨਾਲ ਹੀ ਝੱਕਲਾ ਤਾਰ ਜੀ ਐਮ ਐਲ ਏ ਸਾਹਿਬ ਨੂੰ ਵੀ ਖੁਸ਼ ਕਰਦਾ ਹੈ ਠੀਕ ਹੈ ਜਨਾਬ ਬੜੇ ਆਰਾਮ ਹੋ ਰਹੇ ਨੇ ਹੈਲੋ ਨੀਂਦ ਵਧੀਆ ਆਉਂਦੀ ਹੈ ਓਏ ਆ ਵਧੀਆ ਆਉਂਦੀ ਆ ਤੂੰ ਫੇਰ ਆ ਗਿਆ ਫੇਰ ਆ ਗਿਆ ਤਾਰ ਜੀ ਕਾਹਦੇ ਲਈ ਚੱਕੀ ਫਿਰਦਾ ਓਏ ਤਾਰ ਤਾਂ ਮੈਂ ਐ ਲਿਆਇਆ ਚੱਕ ਕੇ ਮੇਰੀ ਗੱਲ ਸੁਣ ਤੂੰ ਇੱਥੇ ਬੈਠਾ ਗਰਮੀ 'ਚ ਕੂਲਰ ਲਾ ਕੇ ਨਾਲ ਉਹ ਦਰ ਫਟੇ ਮੂੰਹ ਤੇਰੀ ਵੀ ਸੋਚ ਯਾਰ ਬਾਹਲੀ ਘਟੀ ਆ ਗਈ ਯਾਰ ਤੂੰ ਯਾਰ ਬੰਦਾ ਯਾਰ ਹੁਣ ਫੁੱਦੂ ਹੀ ਨਿਕਲਿਆ ਜਮਾਂ ਯਾਰ ਓਏ ਫੁੱਦੂਆ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਜਿਹੜੀ ਇਹ ਤਾਰ ਆ ਕੂਲਰ ਵਾਸਤੇ ਏਸੀ ਲਾਉਂ ਤੇਰੇ ਵਾਸਤੇ ਏਸੀ ਸਰ ਕਿਆ ਯਾਰ ਤੈਨੂੰ ਇਹ ਵੀ ਗਾਲਾਂ ਕੱਢੀ ਗਿਆ ਯਾਰ ਉਹ ਤੂੰ ਤਾਂ ਹੈ ਹੀ ਯਾਰ ਇਹ ਜੀ ਪਰ ਮੈਂ ਤੈਨੂੰ ਇਹ ਗੱਲ ਦੱਸਾਂ ਬਸ ਤੂੰ ਯਾਰ ਬੰਦਾ ਮੈਨੂੰ ਦੱਸ ਨਹੀਂ ਸਕਦਾ ਯਾਰ ਵੀ ਤੇ ਰੇਟ ਪਾਉਣ ਦੇ ਤੈਨੂੰ ਤਾਂ ਪਤਾ ਹੀ ਹੋਊਗਾ ਦੱਸਾਂ ਤੈਨੂੰ ਤਾਂ ਰੇਟ ਤਾਂ ਮੇਰੇ ਤੇ ਵੀ ਪਈ ਹੈਗਾ ਯਾ ਯਾਰ ਤੇਰੇ ਯਾਰ ਐਵੇਂ ਨਾਲੇ ਤੂੰ ਫਿਰ ਹੌਲੀ ਮਾਰ ਲਿਆ ਕਰ ਤੂੰ ਤਾਂ ਭੈਣ ਮੇਰੇ ਮਾਰ ਕੇ ਵਹਾ ਦੇ ਮਣਕੇ ਨੂੰ ਸੋਚ ਆ ਗਈ ਤੂੰ ਲੈ ਹੁਣ ਤੇਰੇ ਦੇਵਾ ਤੇਰੇ ਛੇਕ ਤੇਰੇ ਅਰੇ ਪੁੱਠਾ ਜਿਹਾ ਨਾ ਬੋਲ ਕਰ ਨਾ ਬਾਲੀ ਪੜੀ ਹੋਈ ਤੈਨੂੰ ਦੱਸਦੀ ਗੱਲ ਪਛਤਾਏਗਾ ਫਿਰ ਤੂੰ ਪਛਤਾਏਗਾ ਗੀਤ ਗੀਤ ਜੇਗਾ ਕਿਸੇ ਨਹੀਂ ਗਾਉਂਦਾ ਹੁੰਦਾ ਰਹੇਗਾ ਵੀ ਪਛਤਾਏਗਾ ਵੀ ਕਿਵੇਂ ਨਾਲੇ ਮੇਰੀ ਗੱਲ ਸੁਣ ਓਏ ਨਾਲ ਤਾਂ ਏਸੀ ਦਾ ਪ੍ਰਬੰਧ ਕਰਦਾ ਨਾਲੇ ਤੂੰ ਕਹਿੰਦਾ ਵੀ ਐਂ ਕਰੇਗਾ ਵਾਹ ਕਰੇਗਾ ਚੱਲ ਚੰਗਾ ਫਿਰ ਏਸੀ ਲਵਾ ਦੇ ਫਿਰ ਤੁਸੀਂ ਹਾਂ ਆਪ ਲੱਗ ਜਾ ਮੈਂ ਕਰਦਾ ਲੋਟ ਜਨਾਬ ਆਉਣ ਵਾਲੇ ਦੇ ਮਾੜਾ ਹਿਸਾਬ ਨਾਲ ਨਹੀਂ ਬਣਾ ਦੇ ਨਾਲ ਬਾਹਰ ਯਾਰ ਓਏ ਯਾਰ ਆਉਣਾ ਮਗਰੋਂ ਆ ਪਹਿਲਾਂ ਜਾਣ ਦੀ ਸੋਚਦਾ ਬਾਹਰ ਬਾਹਲੇ ਕੰਮ ਪੈਂਡਿੰਗ ਪਏ ਆ ਉਹ ਕਰਨੇ ਆ ਪੂਰੇ ਚੱਲ ਕੋਈ ਨੀ ਇਹ ਤਾਂ ਮੈਂ ਕਰਦਾ ਫਿੱਟ ਜਨਾਬ ਆਉਣ ਵਾਲਿਆ ਹਿਸਾਬ ਨਾਲ ਨਹੀਂ ਮੜੀ ਜੇ ਮੈਂ ਤੁਹਾਨੂੰ ਦੱਸਾਂ ਗੱਲ ਆ ਜਾਓ ਜਨਾਬ ਇਹ ਤਾਂ ਕਰਦਾ ਫਿਟਿੰਗ ਜੀ ਕਰਕੇ ਰੱਖਦਾ ਮੈਂ ਡੇਢ ਟਨ ਦਾ ਟਾਈਮ ਨੀ ਜਨਾਬ ਆਹ ਮੈਂ ਪਲੱਗ ਜਿਹਾ ਕਰਦਾ ਸੀ ਲੋਟ ਲਾ ਦੇ ਲਾ ਦੇ ਲਾ ਦੇ
ਖੜਾ 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 ਇਹਦੀ ਰੇਲ ਬਣਾਓ ਜੀ ਪਹਿਲਾਂ ਚੱਲ ਲਾ ਦੇ ਏਸੀ ਲਾ ਦੇ ਏਸੀ ਲੈ ਵੀ ਪਲੱਗ ਮੈਂ ਪਾਤਾ ਏਸੀ ਹੁਣ ਤਿਆਰ ਹੈ ਦੇਖਦਾ ਜਾ ਕਿਹੜੇ ਹਿਸਾਬ ਦਾ ਏਸੀ ਹੈ